سردار شرنجیت سنگھ تنگ دا جنم پاوے ایک شاہی کرانے وچ ہویا پر اونا تے شاہی کرانے دے رنگ نالوں پرماتما دا رنگ ودھیرے چڑھیا۔ تنگ صاحب غریباں دے مسیحا سن، او بہت لمبا سماں اپنے پنڈ دے سرپنچ وی رہے اتے بلاک سمتی دے ممبر وی رہے۔ او چاہے کسے وی عہدے تے رہے پر غریباں اتے لوڑ ونداں دی مدد لئی تتپرتا اونا وچ ہمیشہ ہی پنی رہندی سی۔ او ہمیشہ ہی سب نال بھلا کرو بھلا کرو ایہی گل دہراؤندے اتے اپنا دھیان ہمیشہ ہی پرماتما نال لائی رکھدے۔ انہاں نے بچیاں دی ودیا لئی کئی سکول وی کھلوائے، بھکھے نوں کھانا کھلانا اتے اس دی مدد کرنا انہاں دے سبھا وچ شامل سی۔ اجہی رب روحی شخصیت دی یاد وچ ایک دھارمک سواگم انہاں دے سموہ پریوار والوں جگ جگ اٹل تن تن شری گرو گرنتھ صاحب جی دا اوٹ آسرا لے کے کروایا گیا، جس وچ سب تو پہلا راگی سنگھاں والوں کیرتن کیتا گیا، اپرنت پرماتما دے چرناں وچ ارداس بینتی کیتی گئی اتے پوتر درگاہی بانی تو حکم نامہ وی سرون کیتا گیا۔ اپرنت کچھ شخصیتاں والوں وچھڑی آتما نو شردا دے فل وی پینٹ کیتے گئے۔ ماری آپو اپنی کوئی نہ بندے تھی، ماری آپو اپنی کوئی نہ بند تیر، آنند گنی نہ داد گرو غریب نواز، غریب نواز، غریب نواز، تاکہ مریں گے کیسا مرنا ہوئے، کیا جانا کب مریں گے کیسا مرنا ہوئے، کیا جانا کب کیسا مرنا ہوئے، کیا جانا کب مریں گے کیسا مرنا ہوئے، ایکر صاحب منو نا بیسرے آسہلا مرنا، جیکر صاحب منو نا بیسرے تا سہلا مرنا ہوئے، کیا جانا کب مریں گے کیسا مرنا ہوئے، کیا جانا کب مریں گے کیسا مرنا ہوئے، مرنے تے جگت ڈرے جیویا لوڑے سب کوئے، مرنے تے جگت ڈرے جیویا لوڑے سب کوئے، سب کوئے کیا جانا کب مریں گے کیسا مرنا ہوئے، کیا جانا کب مریں گے کیسا مرنا، جی کیسا مرنا ہوئے۔
ਸਿੱਖ ਜਗਤ ਦੇ ਵਿੱਚ ਵੀ ਬੜਾ ਉਹਨਾਂ ਦਾ ਮਾਣ ਸੀ ਸੋ ਬਾਬਾ ਜੀ ਨੇ ਨਾਨਕਸਰ ਤੋਂ ਉਚੇਚੇ ਤੌਰ ਤੇ ਸਾਡੇ ਸਤਿਕਾਰਯੋਗ ਭਾਈ ਤਜਿੰਦਰ ਸਿੰਘ ਜੀ ਜਿੰਦੂ ਉਹਨਾਂ ਨੇ ਕੀਰਤਨ ਰਾਹੀਂ ਸੰਗਤਾਂ ਦੇ ਦਰਸ਼ਨ ਕੀਤੇ ਨੇ ਸਤਿਗੁਰਾਂ ਦੀ ਹਾਜ਼ਰੀ ਭਰੀ ਹੈ ਬਾਬਾ ਜੀ ਨੂੰ ਪਰਿਵਾਰ ਵੱਲੋਂ ਤੇ ਸੰਗਤਾਂ ਵੱਲੋਂ ਜੀ ਆਇਆਂ ਕਹਿੰਦੇ ਹਨ ਇਸ ਸਮੇਂ ਤੇ ਗੁਰਮੁਖ ਪਰਿਵਾਰ ਦਾ ਰਿਸ਼ਤੇਦਾਰ ਸਨੇਹ ਹੋਣ ਦੇ ਨਾਤੇ ਮਹਾਨ ਸ਼ਖਸੀਅਤਾਂ ਜਿੱਥੇ ਗੁਰੂ ਘਰ ਦੇ ਵਿੱਚੋਂ ਦਰਸ਼ਨ ਕਰਨ ਵਾਸਤੇ ਆਏ ਨੇ ਇਸ ਸਮੇਂ ਦੇ ਵਿੱਚ ਉੱਥੇ ਦਿੱਲੀ ਤੋਂ ਉਚੇਚੇ ਤੌਰ 'ਤੇ ਸਾਡੇ ਚੁਣੇ ਹੋਏ ਨੁਮਾਇੰਦੇ ਭਾਈ ਸਾਹਿਬ ਭਾਈ ਸਰਸਾ ਸਾਹਿਬ ਸਰਸਾ ਸਾਹਿਬ ਜਸਵਿੰਦਰ ਤਜਿੰਦਰ ਸਿੰਘ ਜੀ ਨਾਲ ਤਜਿੰਦਰ ਸਿੰਘ ਜੀ ਸਿਰਸਾ ਸਰਦਾਰ ਮਨਜੀਤ ਸਿੰਘ ਜੀ ਜੀਕੇ ਅਤੇ ਹੋਰ ਵੀ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਸੰਗਤਾਂ ਦੇ ਵਿੱਚ ਕੁਛ ਸ਼ਰਧਾ ਦੇ ਫੁੱਲ ਕੇ ਭੇਟਾ ਕਰਨ ਵਾਸਤੇ ਸਾਡੇ ਸਤਿਕਾਰਯੋਗ ਸਰਦਾਰ ਸ਼ਰਨਜੀਤ ਸਿੰਘ ਜੀ ਸਰਪੰਚ ਉਹਨਾਂ ਦੇ ਭਾਣਜੇ ਸਰਦਾਰ ਸੁਰਿੰਦਰ ਸਿੰਘ ਜੀ ਕੱਥੂ ਲੰਗਲ ਉਹ ਸੰਗਤ ਦੇ ਦਰਸ਼ਨ ਕਰਨਗੇ ਅਤੇ ਸਾਡੇ ਸਤਿਕਾਰਯੋਗ ਬਚਨ ਕਰਨਗੇ ਅਤੇ ਉਹਨਾਂ ਤੋਂ ਬਾਅਦ ਉਹ ਹੀ ਦੱਸਣਗੇ ਕਿਹਨਾਂ ਕਿਹਨਾਂ ਦਾ ਸਮਾਂ ਹੈ ਤੇ ਕੱਥੂ ਨੰਗਲ ਸਾਹਿਬ ਉਹ ਸੰਗਤ ਦੇ ਦਰਸ਼ਨ ਕਰਨਗੇ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਅਸੀਂ ਸਾਰੇ ਸਰਦਾਰ ਸ਼ਰਨਜੀਤ ਸਿੰਘ ਜਿਨ੍ਹਾਂ ਨੂੰ ਆਮ ਕਰਕੇ ਸਰਪੰਚ ਸਾਹਿਬ ਨਾਂ ਕਰਕੇ ਯਾਦ ਕੀਤਾ ਜਾਂਦਾ ਸੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਨ ਸਰਦਾਰ ਜੀ 18 ਅਪ੍ਰੈਲ ਨੂੰ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਕੇ ਚਲੇ ਗਏ ਸੀ ਰਾਗੀ ਸਿੰਘਾਂ ਨੇ ਦੱਸਿਆ ਵਾ ਰਾਗ ਰਾਗ ਕੀਰਤਨ ਰਾਹੀਂ ਕਿ ਜਿਸ ਕੀ ਵਸਤ ਵਹੀ ਲੈ ਜਾਏ ਕਿਸੇ ਨਾਲ ਕੀ ਰੋਸ ਕੀਤਾ ਜਾ ਸਕਦਾ ਤੇ ਹੁਣ ਕੁਛ ਦਿਨ ਪਹਿਲੋਂ ਮੇਰੇ ਸਤਿਕਾਰਯੋਗ ਮਾਮਾ ਜੀ ਸਾਨੂੰ ਸਾਰੇ ਪਰਿਵਾਰ ਨੂੰ ਵਿਛੋੜਾ ਦੇ ਕੇ ਚਲੇ ਗਏ ਇਹ ਗਰੀਬਾਂ ਦੇ ਮਸੀਹੇ ਸਨ ਰਿਸ਼ਤੇਦਾਰਾਂ ਦੇ ਮਸੀਹੇ ਸਨ ਨਗਰ ਦੇ ਮਸੀਹੇ ਸਨ ਹਰ ਇੱਕ ਇਨਸਾਨ ਨੂੰ ਗਾਲਾਂ ਲਾ ਕੇ ਜੋ ਵੀ ਕਿਸੇ ਦੀ ਮਦਦ ਹੋ ਸਕਦੀ ਸੀ ਹਰ ਤਰ੍ਹਾਂ ਕਰਿਆ ਕਰਦੇ ਸਨ ਮੈਂ ਆਪਣੀ ਅੱਖੀ ਦਿੱਠਾ ਸਾਰਾ ਕੁਝ ਪਰੰਤੂ ਕੁਦਰਤ ਨੂੰ ਪਤਾ ਨਹੀਂ ਕੀ ਮਨਜ਼ੂਰ ਆ ਸਾਡੇ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੂੰ ਵੀ ਬੋਲਿਆ ਇਹ ਘਾਟੇ ਕਦੀ ਪੂਰੇ ਨਹੀਂ ਹੋ ਸਕਦੇ ਪਰਿਵਾਰ ਨੂੰ ਤੇ ਘਾਟੇ ਹੈਗੇ ਹੀ ਨੇ ਸਾਡੇ ਸਮਾਜ ਨੂੰ ਸਾਡੇ ਲੰਗਰ ਨੂੰ ਤੇ ਜਿਹੜੇ ਗਰੀਬ ਵਰਗ ਸੀ ਜਿਹੜੇ ਇਹਨਾਂ ਤੋਂ ਆਸਰਾ ਭਾਲਦੇ ਸੀ ਉਹ ਵੀ ਅੱਜ ਵਾਂਝੇ ਹੋ ਗਏ ਨੇ ਸਾਡੇ ਭਤੀਜੇ ਗੁਰਪ੍ਰਤਾਪ ਸਿੰਘ ਗੁਰਲਾਲ ਸਿੰਘ ਬੜੇ ਹੋਣਹਾਰ ਨੇ ਪਰ ਮੈਂ ਸਮਝਦਾ ਵੀ ਮੇਰੇ ਭਰਾਵਾਂ ਦੀ ਅਤੇ ਮੇਰੇ ਮਾਮਾ ਜੀ ਦੀ ਪੂਰਤੀ ਸ਼ਾਇਦ ਇਹਨਾਂ ਕੋਲ ਨਾ ਹੋ ਸਕੇ ਬਹੁਤ ਹੋਣਹਾਰ ਨੇ ਸਰ ਮੈਂ ਸਮਝਦਾ ਵੀ ਪੂਰਤੀ ਹੋਣੀ ਬੜੀ ਮੁਸ਼ਕਿਲ ਹੈ ਉਹ ਇੱਕ ਐਸੇ ਗੁਰਸਿੱਖ ਸਨ ਹਰ ਇੱਕ ਦੇ ਇਨਸਾਨ ਦੇ ਨਾਲ ਬੜੇ ਪ੍ਰੇਮ ਨਾਲ ਲਹਿਜੇ ਨਾਲ ਗੱਲ ਕਰਕੇ ਤੂੰ ਦਾ ਸਾਰਾ ਹੀ ਦੁੱਖ ਦੁੱਖ ਕਰਿਆ ਕਰਦੇ ਸਨ ਉਹ ਮਸੀਹਾ ਸਾਡੇ ਕੋਲ ਅੱਜ ਨਹੀਂ ਰਿਹਾ ਅਤੇ ਕੁਦਰਤ ਦਾ ਭਾਲਾ ਵਾ ਇਹਦੇ ਵਿੱਚ ਕੁਛ ਨਹੀਂ ਕਰ ਸਕਦੇ ਗੁਰਸਿੱਖ ਹਾਂ
جو گرو دا حکم ہے انہوں سر متھے مننا پینا وا منا گے گرمکھ جن سوار درگے چلیا سچی درگے جائے سچا پھر ملیا میرے ماما جی گرمکھ سن پر پاڑا گرتا وا اس کو کاڑا نہیں آ سکتا جہے سجن متر سے سارے رشتے دار سارے کو پہنچے نے انہوں کا ایک ایک قدم سارے سر متے تھے